ਮੈਂ ਬੜੀ ਆਸਾਨ ਜੀ ਗੋਲੀ ਦੱਸਣਾ ਜੀ ਜੀ, ਗੋਲੀ ਦਾ ਰਿਜ਼ਲਟ ਇੰਨਾ ਕੁ ਜ਼ਿਆਦਾ ਕਿ ਅੱਲਾਹ ਦੇ ਹੁਕਮ ਨਾਲ ਇਹ ਬੰਦੇ ਹੈਰਾਨ ਕਰ ਦਿੰਦੀ ਹੈ। ਇਸ ਗੋਲੀ ਦਾ ਕੰਮ ਇਹ ਕਬੂਤਰ ਬਹੁਤ ਉਡਾਉਂਦੇ, ਇਹਦੇ ਵਿੱਚ ਤੁਸੀਂ ਇਹ ਕਰਨਾ ਕਿ ਕੋਲ ਡੋਡੇ ਲੈਣੇ ਨੇ, ਕੋਲ ਡੋਡਿਆਂ ਦਾ ਪਾਊਡਰ ਕਰਨਾ, ਇਹਦੇ ਵਿੱਚ ਇੱਕ ਤੀਲਾ ਜਿਹਾ ਹੁੰਦਾ ਉਹ ਜ਼ਾਇਆ ਕਰ ਦੇਣਾ, ਦਰਮਿਆਨ ਚ ਹੁੰਦਾ ਉਹ ਜ਼ਾਇਆ ਕਰ ਦੇਣਾ, ਛਿਲਕਾ ਵੀ ਜ਼ਾਇਆ ਕਰ ਦੇਣਾ, ਇਹਨਾਂ ਦੇ ਵਿੱਚ ਗਿਰੀ ਹੈ ਉਹ ਉਹ ਕੱਢਣੀ, ਉਹ ਤੁਸੀਂ ਕਰਨੀ ਹੈ। ਤਦਾਦ ਜਿਸ ਤਰ੍ਹਾਂ ਕਿ ਮੈਂ ਬਣਾ ਕੇ ਰੱਖ ਲੈਂਦਾ ਹੁੰਦਾ, ਤੁਸੀਂ ਬਣਾ ਕੇ ਰੱਖ ਲਓ, ਜਦੋਂ ਜ਼ਰੂਰਤ ਪਵੇ ਮਿਕਸ ਕਰ ਲਓ। ਮਿਕਸ ਉਦੋਂ ਮੈਡੀਸਨ ਉਦੋਂ ਮਿਕਸ ਕਰਨੀ ਜਦੋਂ ਜ਼ਰੂਰਤ ਪੈਂਦੀ ਹੈ, ਨਹੀਂ ਤਾਂ ਫਿਰ ਡੇਟ ਐਕਸਪਾਇਰ ਗੋਲੀ ਦੀ ਹੋਏਗੀ, ਫਿਰ ਤੁਹਾਡੀ ਮਜੂਨ ਜ਼ਾਇਆ ਹੋਈ ਮਜੂਨ ਹੀ। ਅਤੇ ਇੱਕ ਚਮਚ ਲੈ ਲਓ ਇਹਦੇ ਹੀ ਕੋਲ ਡੋਡਿਆਂ ਦਾ ਪਾਊਡਰ, ਪਾਊਡਰ ਦੀ ਬਿਲਕੁਲ ਬਰੀਕ ਕਰਨਾ, ਇੰਨਾ ਕੁ ਬਰੀਕ ਕਰਨਾ ਕਿ ਤੁਸੀਂ ਅੱਖ 'ਚ ਵੀ ਵਾਰ ਰੜਕੇ ਨਹੀਂ ਜੀ ਜੀ। ਅੱਛਾ, ਇਹ ਕਰ ਲੈਣਾ, ਫਿਰ ਤਬਾਸ਼ੀਰ ਕਰ ਲੈਣੀ ਹੈ ਤੁਸੀਂ, ਤਬਾਸ਼ੀਰ ਨੁਕਰਾ ਸਫੇਦ ਸਫੇਦ ਉਹ ਤੁਸੀਂ ਕਰ ਲੈਣੀ ਹੈ। ਸਫੈਦ ਵੀ ਮੈਂ ਬਣਾਉਣਾ, ਮਤਲਬ ਦੂਸਰੀ ਬਰਾਊਨ ਵੀ ਬਣਾਉਣਾ, ਲੇਕਿਨ ਜਿਹੜੀ ਹਲਕੀ ਹਲਕੀ ਕਰੀਮ ਜਿਹਾ ਕਲਰ ਦੀ ਉਹਦਾ ਰਿਜ਼ਲਟ ਜ਼ਿਆਦਾ। ਹਾਂਜੀ, ਸਫੇਦ ਨੁਕਰਾ, ਹਾਂਜੀ, ਉਹਦੀ ਤੁਸੀਂ ਬਾਂਸ ਦੀ ਜਿਹੜੀ ਬਾਂਸੀ ਜਿਹਨੂੰ ਕਿਹਾ ਜਾਂਦਾ ਬਾਂਸ ਵਾਲੀ, ਉਹ ਤੁਸੀਂ ਲੈ ਲਓ ਅਤੇ ਉਹ ਲੈ ਕੇ ਅਤੇ ਤੁਸੀਂ ਉਹਨੂੰ ਬਰੀਕ ਇੰਨਾ ਕੁ ਕਰਨਾ ਹੈ ਕਿ ਉਹਦਾ ਸਮਝ ਲਓ ਕਿ ਕੱਪੜੇ ਦੇ ਵਿੱਚੋਂ ਇਸ ਪਾਊਡਰ ਨਿਕਲ ਜਾਏ, ਇਸ ਕੱਪੜੇ ਦੇ ਵਿੱਚੋਂ ਪਾਊਡਰ ਕੱਢਣਾ, ਇੱਕ ਚਮਚ ਕੱਢਣੀ ਹੁੰਦੀ ਵੀ, ਇੱਕ ਚਮਚ ਹੀ ਉਹਦੀ ਚਾਵਲ ਖਾਣ ਵਾਲੀ, ਇਹ ਹੋ ਗਈ। ਇਸ ਤੋਂ ਬਾਅਦ ਤੁਸੀਂ ਇਹ ਚੀਜ਼ ਆ ਗਈ, ਫਿਰ ਇੱਕ ਇੱਕ ਚਮਚ ਛੋਟੀ ਇਲਾਚੀ ਦਾ ਪਾਊਡਰ ਕੱਢਣਾ, ਬੀਆਂ ਦਾ, ਉਹਦਾ ਉਤਲਾ ਛਿਲਕੇ ਦਾ ਨਹੀਂ, ਛਿਲਕਾ ਨਹੀਂ ਬੀ, ਉਹਦਾ ਵੀ ਇਸੇ ਤਰੀਕੇ ਨਾਲ ਪਾਊਡਰ ਕਰਨਾ। ਤਿੰਨ ਚੀਜ਼ਾਂ ਹੋ ਗਈਆਂ। ਫਿਰ ਤੁਸੀਂ ਇੱਕ ਚਮਚ ਲੈਣੀ ਹੈ ਦਵਾਲ ਮਿਕਸ ਸਾਦਾ, ਜਵਾਰ ਦੌਰਦਾਰ ਨਹੀਂ ਲੈਣੀ, ਸਾਦਾ ਜਿਹੜੀ ਬਲੈਕ ਕਲਰ ਦੀ, ਉਹ ਲੈ ਕੇ ਮਿਕਸ ਕਰ ਲੈਣੀ, ਕਰਛੀ ਦੀ ਲੈ ਲਓ, ਹੁਣ ਤੁਸੀਂ ਪੁੱਛੋਗੇ ਕਰਛੀ, ਮਿਕਸ ਕਰਕੇ ਇਹਨੂੰ, ਇਹ ਤਿੰਨ ਚੀਜ਼ ਚਾਰ ਚੀਜ਼ਾਂ ਹੋ ਗਈਆਂ, ਇਹਨੂੰ ਮਿਕਸ ਕਰੋਗੇ ਨਾ ਤੇ ਇੱਕ ਮਜੂਨ ਬਣ ਜਾਏਗੀ, ਠੀਕ ਹੈ, ਬਰਾਊਨ ਜਿਹਾ ਕਲਰ ਦੀ ਬਣ ਜਾਏਗੀ, ਬਰਾਊਨ ਮਜੂਨ ਰੱਖ ਲਓ ਇਹਦਾ ਨਾਮ। ਇਹਦੇ ਵਿੱਚੋਂ ਤੁਸੀਂ ਕਾਲੀ ਮਿਰਚ ਨਾਲ ਥੋੜ੍ਹੀ ਜਿਹੀ ਵੱਡੀ ਰੱਖ ਕੇ ਤੁਸੀਂ 20 ਗੋਲੀਆਂ ਕੱਢ ਲੈਣੀਆਂ, 20 ਗੋਲੀਆਂ ਇਹ ਕਰ ਲੈਣੀਆਂ। ਇੱਕ ਗੋਲੀ ਤੁਸੀਂ ਲੈਣੀ ਹੈ ਮੋਟੀ ਬਾਹਰ, ਇੱਕ ਗੋਲੀ ਤੁਸੀਂ ਲੈਣੀ ਹੈ ਡਾਲਟਾ ਦਾ ਜਾਂ ਡੈਕਸਾ ਮੈਥਾਜ਼ੋਨ, ਇਹ ਦੋ ਗੋਲੀਆਂ, ਇੱਕੋ ਇਹਨਾਂ ਦਾ ਪਾਊਡਰ ਕਰ ਲੈਣਾ ਅੱਛੀ ਤਰ੍ਹਾਂ, ਪਾਊਡਰ ਕਰਕੇ ਅਤੇ ਇਸ ਗੋਲੀ ਦੇ ਵਿੱਚ ਸੁੱਟ ਦੇਣਾ, ਜਿਹੜੀਆਂ ਗੋਲੀਆਂ 20 ਕੀਤੀਆਂ ਨੇ ਉਹਨਾਂ ਦੀਆਂ ਫਿਰ 22 ਗੋਲੀਆਂ ਬਣਾ ਲੈਣੀਆਂ, ਉਹ ਕਿਉਂਕਿ ਗੋਲੀ ਪੈਗੀ ਤਾਂ ਗੋਲੀਆਂ ਵੱਧ ਜਾਣਗੀਆਂ, ਉਹਨਾਂ ਦੀਆਂ 22 ਗੋਲੀਆਂ ਬਣਾ ਕੇ ਰੱਖ ਲੈਣੀਆਂ ਨੇ। ਇਹ ਤੁਸੀਂ ਗੋਲੀਆਂ ਬਣਾ ਕੇ ਰੱਖ ਲਈਆਂ, ਰਾਤ ਨੂੰ ਤੁਸੀਂ ਗਰਮ ਪਾਣੀ ਦੇ ਦਿਓ, ਰਾਤ ਨੂੰ 10 ਵਜੇ ਹੋਰ ਕੁਛ ਵੀ ਨਹੀਂ ਕਰਨਾ, ਤੁਸੀਂ ਦਾਣੇ ਨਾਲ ਜੋ ਜੋ ਕਰਦੇ ਆਉਂਦੇ ਹੋ ਕਰਦੇ ਆਓ, ਰਾਤ ਨੂੰ ਤੁਸੀਂ ਆਪਣਾ ਕੋਈ ਗਰਮ ਪਾਣੀ ਲਗਾਉਂਦੇ ਹੋ ਜਾਂ ਤੁਹਾਡੇ ਗਰਮ ਪਾਣੀ ਲੱਗੇ ਹੋਏ ਨੇ ਤੁਹਾਡੀ ਵੀਡੀਓ 'ਤੇ, ਪਾਣੀ ਗਰਮ ਲਗਾ ਕੇ ਕੋਈ ਵੀ ਦੇ ਲਓ, ਸੁਬਹਾ ਦੇ ਟਾਈਮ ਅੱਧਾ ਘੰਟਾ ਪਹਿਲੇ, ਜੇ ਕਬੂਤਰਾਂ ਨੂੰ ਲੋੜ ਹੈ ਪਲਟਾਉਣ ਦੀ ਤਾਂ ਪਲਟਾ ਲਓ, ਜੇ ਨਹੀਂ ਲੋੜ ਤਾਂ ਨਾ ਪਲਟਾਓ, ਸੁਬਹਾ ਅੱਧਾ ਘੰਟਾ ਪਹਿਲੇ ਕਬੂਤਰ ਨੂੰ ਉੱਡਣ ਤੋਂ ਪਹਿਲੇ ਇਹ ਦੇ ਦਿਓ, ਨੀਮ ਗਰਮ ਪਾਣੀ ਕੋ 2-3 ਸੀਸੀ ਦੇ ਦਿਓ, ਦੇ ਕੇ ਛੱਡ ਦਿਓ, ਉਸ ਤੋਂ ਬਾਅਦ ਕਬੂਤਰ ਤੁਸੀਂ ਉਡਾਓ, ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਕਬੂਤਰ ਤੁਹਾਡਾ 4-5 ਘੰਟੇ ਦਾ ਟਾਈਮ ਜਿਹੜਾ ਨਾ ਜ਼ਿਆਦਾ ਕਰੇ ਆਏਗਾ ਵੀ ਘਰ, 100% ਘਰ ਆਏਗਾ, ਜ਼ਾਇਆ ਨਹੀਂ ਜਾਇਆ ਨਹੀਂ ਜਾਂਦਾ, ਜ਼ਾਇਆ ਕਬੂਤਰ ਨਹੀਂ। ਮਾਸ਼ਾਅੱਲਾ।